ਖੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਜਿਸ ਹੱਬ ਨਾਲ ਵਾਇਰਲ ਹੋ ਰਹੀ ਹੈ ਨਾ ਸਮਾਰਦਾ ਮੈਂ ਚਿਹਰਾ ਦੇਖ ਕੇ ਹੈਰਾਨ ਆ ਕਿਸੇ ਨੂੰ ਇਹ ਨਹੀਂ ਪਤਾ ਹੋਣਾ ਕਿ ਸਾਡੇ ਕੋਲ ਕੱਲ ਇੱਕ ਬੱਚਾ ਆਇਆ ਸੀਗਾ ਵਿਚਾਰਾ ਮੈਂਟਲੀ ਅਫਸੈਟ ਹੋ ਗਿਆ ਕਿਸੇ ਬਿਮਾਰੀ ਕਰਕੇ ਔਰ ਘਰਦਿਆਂ ਕੋਲ ਉਹਦੀ ਸਕੈਨ ਕਰਾਉਣ ਨੂੰ ਵੀ ਪੈਸੇ ਨਹੀਂ ਹੈਗੇ ਡਾਕਟਰ ਨੂੰ ਸਕੈਨ ਲਿਖੇ 1 ਸਾਲ ਹੋ ਚੁੱਕਾ ਹੈ ਪਰ ਖੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਜਿਹੜੀ ਉਹ ਇੱਕ ਇੱਕ ਮੋਬਾਈਲ ਦੇ ਵਿੱਚ ਪਹੁੰਚ ਚੁੱਕੀ ਔਰ ਬਲੌਗਰ ਆਪਣਾ ਕੰਮ ਕਰ ਰਹੇ ਨੇ ਰੋਸਟ ਕਰਨ ਵਾਲੇ ਆਪਣਾ ਕੰਮ ਕਰ ਰਹੇ ਨੇ ਮੈਂ ਤਾਂ ਦੋਨਾਂ ਨੂੰ ਹੀ ਬੇਨਤੀ ਕਰਨਾ ਚਾਹਨਾ ਜਿਨ੍ਹਾਂ ਨੂੰ ਬਲੌਗਰਾਂ ਤੋਂ ਇਨੀ ਦਿੱਕਤ ਹੈ ਨਾ ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਪੰਜਾਬ 'ਚ ਇੱਕ ਭਰਾ ਐ ਉਹ ਵੀਡੀਓਜ਼ ਬਣਾਉਂਦਾ ਹੈ ਹਨਾ ਗੰਦੀਆਂ ਵੀਡੀਓਜ਼ ਬਣਾਉਂਦਾ ਹੈ ਪਰ ਉਹ ਵੀਡੀਓ ਬਣਾਉਣ ਤੋਂ ਪਹਿਲਾਂ ਉਹਦੇ 'ਚ ਕਹਿ ਦਿੰਦਾ ਕਿ ਮੇਰੀ ਵੀਡੀਓ ਗੰਦੀ ਐ ਚੰਗੇ ਬੰਦੇ ਚੰਗੀ ਚੀਜ਼ ਦੇਖਣ ਵਾਲੇ ਬੰਦੇ ਮੇਰੀ ਵੀਡੀਓ ਨਾ ਦੇਖਣ ਉਹ ਕਹਿਣ ਤੋਂ ਬਾਅਦ ਵੀ ਉਹਦੀ ਵੀਡੀਓ 'ਚ ਲੱਖਾਂ ਵਿਊ ਨੇ ਇਹਦੇ ਵਿੱਚ ਗਲਤ ਕੌਣ ਹੋਇਆ ਤੁਸੀਂ ਸਮਾਰ ਦੇ ਵਿੱਚ ਗਲਤ ਜੋ ਲੋਕ ਕਰ ਰਹੇ ਨੇ ਜਾਂ ਦਿਖਾ ਰਹੇ ਨੇ ਆਪਣਾ ਕੰਟੈਂਟ ਉਹ ਤੁਹਾਡੇ ਹੱਥ ਆ ਤੁਸੀਂ ਦੇਖਣਾ ਕਿ ਨਹੀਂ ਦੇਖਣਾ ਇੱਕ ਪਾਸੋਂ ਤੁਸੀਂ ਗੱਲ ਕਰਦੇ ਹੋ ਕਿ ਜੀ ਅਸੀਂ ਡੈਮੋਕ੍ਰੇਸੀ 'ਚ ਰਹਿੰਦੇ ਹਰ ਬੰਦੇ ਨੂੰ ਹੱਕ ਐ ਆਪਣੇ ਵਿਚਾਰ ਰੱਖਣ ਦਾ ਫਿਰ ਉਹ ਜਿਹੜਾ ਗੰਦ ਦਿਮਾਗ ਆ ਉਹਦਾ ਵੀ ਫਿਰ ਹੱਕ ਹੈ ਨਾ ਆਪਣੇ ਗੰਦ ਵਿਚਾਰ ਰੱਖਣ ਦਾ ਤੁਸੀਂ ਕਿਉਂ ਦੇਖ ਰਹੇ ਹੋ ਦੂਜੇ ਪਾਸੇ ਜਿਹੜੇ ਰੋਸਟਰਾਂ ਨੂੰ ਮਾੜਾ ਕਹਿੰਦੇ ਨੇ ਕਿ ਜੀ ਇਹ ਰੋਸਟ ਕਰਦੇ ਨੇ ਯਾਰ ਦੇਖੋ ਸਾਰਾ ਇਹ ਜਿਹੜਾ ਸਰਕਲ ਹੈਗਾ ਨਾ ਇੱਕ ਕਮਾਈ ਦਾ ਸਰਕਲ ਬਲੌਗਰ YouTube ਤੇ ਕਿਉਂ ਬਣਾਉਂਦੇ ਨੇ ਵਲੌਗ ਵੀਡੀਓਜ਼ ਬਣਾਉਂਦੇ ਨੇ ਕਮਾਈ ਦਾ ਸਾਧਨ ਸ਼ੌਂਕ ਨੂੰ ਤਾਂ ਇੱਕੋ ਹੀ ਬੰਦਾ ਵੀਡੀਓ ਬਣਾਉਂਦਾ ਦੁਨੀਆ 'ਚ ਉਹ ਹੈ ਸੰਦੀਪ ਮਹੇਸ਼ਵਰੀ ਮੇਰਾ ਉਹ ਗੁਰੂ ਹੈ ਮੈਂ ਉਸ ਬੰਦੇ ਤੇ ਜ਼ਿੰਦਗੀ 'ਚ ਇੱਕ ਵਾਰੀ ਪੈਰੀ ਹੱਥ ਲਾਣਾ ਚਾਹੁੰਦਾ ਸੰਦੀਪ ਮਹੇਸ਼ਵਰੀ ਜੀ ਦੇ ਉਸ ਬੰਦੇ ਨੇ ਵਾਕਈ ਹੀ ਆਪਣੇ ਇੱਕ ਮੋਟੀਵੇਸ਼ਨ ਨੂੰ ਇੱਕ ਇਹ ਰੂਪ ਦਿੱਤਾ ਕਿ ਮੈਂ ਤਾਂ ਕੋਈ ਕਮਾਈ ਨਹੀਂ ਲੈਣੀ ਨਹੀਂ ਤਾਂ ਮੇਰੇ ਵਰਗਾ ਵੀ ਆਪਣਾ ਸੋਸ਼ਲ ਮੀਡੀਆ ਜਿਹਨੇ ਮੋਨਟਾਈਜ਼ ਕੀਤਾ ਹੋਇਆ ਕਿਉਂਕਿ ਸਾਡੇ ਖਰਚੇ ਨੇ ਅ ਗੱਡੀ ਚੱਲ ਰਹੀ ਹੈ ਤੇਲ ਹੈ ਪਰ ਉਹ ਬੰਦਾ ਉਹਨੇ ਆਪਣਾ ਅਜੇ ਤੱਕ ਸੋਸ਼ਲ ਮੀਡੀਆ ਮੋਨਟਾਈਜ਼ ਨਹੀਂ ਕੀਤਾ ਕਿੰਨੇ 100 ਕਰੋੜਾਂ ਦੀ ਕਮਾਈ ਨੂੰ ਉਹਨੇ ਲੱਤ ਮਾਰਤੀ ਕਿ ਮੈਨੂੰ ਨਹੀਂ ਚਾਹੀਦੀ ਮੈਂ ਸੇਵਾ ਕਰਨੀ ਉਹਨੂੰ ਅਸਲ 'ਚ ਕਹਿੰਦੇ ਸੇਵਾ ਪਰ ਜਿਹੜੇ ਬਲੌਗਰ ਨੇ ਉਹ ਵਲੌਗ ਦਿਖਾਉਂਦੇ ਨੇ ਘਰ ਵਾਲੀਆਂ ਦਿਖਾਉਂਦੇ ਨੇ ਜੋ ਮਰਜ਼ੀ ਦਿਖਾਉਂਦੇ ਨੇ ਮੈਂ ਕਿਹਾ ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਦੇਖੋ ਔਰ ਜਿਹੜੇ ਉਹਨੂੰ ਰੋਸਟ ਕਰ ਰਹੇ ਨੇ ਜੇ ਤੁਸੀਂ ਉਹਨਾਂ ਨੂੰ ਮਾੜਾ ਕਹਿੰਦੇ ਹੋ ਯਾਰ ਉਹਨਾਂ ਦਾ ਵੀ ਕੰਮ ਹੈ ਹੁਣ ਇੱਕ ਬੰਦਾ ਵਲੌਗ ਦਿਖਾ ਕੇ ਕਮਾਈ ਕਰ ਰਿਹਾ ਇੱਕ ਬੰਦਾ ਉਹ ਵਲੌਗਰ ਨੂੰ ਮਾੜਾ ਕਹਿ ਕੇ ਕਮਾਈ ਕਰ ਰਿਹਾ ਜਿਹੜੀ ਸਾਡੇ ਰਗੀ ਤੁਹਾਡੇ ਰਗੀ ਆਮ ਜਨਤਾ ਹੈ ਯਾਰ ਆਪਾਂ ਦੇਖਣਾ ਹੈ ਨਾ ਕਿ ਆਪਾਂ ਕੀ ਵਾਚ ਕਰਨਾ ਕੀ ਨਹੀਂ ਵਾਚ ਕਰਨਾ ਹੁਣ ਆ ਵੀਡੀਓ ਦਿੰਨੀਆਂ ਵਾਇਰਲ ਹੋ ਰਹੀਆਂ ਮੈਂ ਆ ਵੀਡੀਓ ਬਣਾਣੀ ਨਹੀਂ ਸੀਗੀ ਮੇਰੀ ਹੁਣੀ ਖੁੱਲੜ ਪੀਜ਼ੇ ਵਾਲੇ ਨਾਲ ਗੱਲ ਵੀ ਹੋਈ ਮੈਂ ਹੌਸਲਾ ਹੀ ਦਿੱਤਾ ਉਹਨੂੰ ਹਣਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਕੱਲ ਦਾ ਬੜਾ ਬੁਰਾ ਫੀਲ ਹੋ ਰਿਹਾ ਕਿ ਜਿਹੜੇ ਲੋਕ ਮਜ਼ਾਕ ਉਡਾ ਰਹੇ ਨੇ ਕਿ ਉਹਨਾਂ ਨੂੰ ਵੀਡੀਓ ਬਣਾਉਣੀ ਹੀ ਨਹੀਂ ਚਾਹੀਦੀ ਸੀ ਬਿਲਕੁਲ ਸਹਿਮਤ ਨਹੀਂ ਬਣਾਉਣੀ ਚਾਹੀਦੀ ਸੀ ਪਰ ਉਹਨਾਂ ਨੇ ਇੱਕ ਉਹ ਵੀਡੀਓ ਬਣਾਤੀ ਜੋ ਸਮਾਜ ਦੇ ਵਿੱਚ ਹੁੰਦਾ ਹੈ ਪਰਦੇ ਦੇ ਪਿੱਛੇ ਹਨਾ ਮੈਂ ਇੱਕ ਗੱਲ ਪੁੱਛਣਾ ਚਾਹਨਾ ਸਾਰਿਆਂ ਨੂੰ ਮੇਰੀ ਵੀ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਮਨੂੰ ਕਿਹਾ ਯਾਰ ਜੇ ਸਾਡੀ ਵੀਡੀਓ ਇਦਾਂ ਵਾਇਰਲ ਹੋ ਜਾਵੇ ਕਹਿੰਦਾ ਅਸੀਂ ਇਦਾਂ ਦੀ ਝੱਗ ਮਾਰਾਂਗੇ ਨਹੀਂ ਅਸੀਂ ਆਹ ਕੰਮ ਕਰਾਂਗੇ ਨਹੀਂ ਸਾਡੀ ਵੀਡੀਓ ਵਾਇਰਲ ਨਹੀਂ ਹੋਣੀ ਮੈਂ ਕਿਹਾ ਚਲੋ ਠੀਕ ਹੈ ਸਾਡੇ ਘਰ ਦੀਆਂ ਦੀ ਵੀਡੀਓ ਵਾਇਰਲ ਹੋ ਜਾਵੇ ਤੁਸੀਂ ਹਨੀਮੂਨ ਮਨਾਣ ਗਏ ਕਿਸੇ ਹੋਟਲ ਦੇ ਵਿੱਚ ਉੱਥੇ ਕੈਮਰਾ ਲੱਗਾ ਹੋਵੇ ਤੁਹਾਡੀ ਵੀਡੀਓ ਵਾਇਰ ਤੁਹਾਡੇ ਅੱਗੇ ਵੰਸ਼ ਦੀ ਤੁਹਾਡੇ ਜਵਾਕ ਆ ਜਾਣ ਉਹ ਵਲੌਗਰ ਬਣ ਜਾਣ ਉਹਨਾਂ ਕੋਲ ਆ ਹੋ ਜਵੇ ਗਲਤੀ ਨਾਲ ਫਿਰ ਆਪਾਂ ਕਿੱਥੇ ਖੜੇ ਆ ਕੋਈ ਜਵਾਬ ਨਹੀਂ ਸਮਾਜ ਦੇ ਵਿੱਚ ਜਿਹੜਾ ਗੰਦ ਹੈ ਨਾ ਉਹ ਹਮੇਸ਼ਾ ਥਾਲੀਆਂ ਚ ਪਰੋਸ ਕੇ ਆਈ ਜਾਣਾ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਕਿਸੇ ਨੂੰ ਗਾਲਾਂ ਕੱਢ ਕੇ ਕਿਸੇ ਨੂੰ ਕ੍ਰਿਟਿਸਾਈਜ਼ ਕਰਕੇ ਨਹੀਂ ਰੋਕ ਸਕਦੇ ਇੱਕੋ ਤਰੀਕਾ ਹੈ ਰੋਕਣ ਦਾ ਸਮਾਜ ਦੇ ਵਿੱਚ ਗਲਤ ਹੋ ਰੀਆਂ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋ ਹਮੇਸ਼ਾ ਆਪਾਂ ਸਿੰਗਰਾਂ ਦੇ ਮੂੰਹੋਂ ਸੁਣਦੇ ਆਏ ਨਾ ਕਿ ਤੁਸੀਂ ਗਲਤ ਗੀਤ ਗਾਣੇ ਉਹ ਤੁਸੀਂ ਆਹ ਕਹਿੰਦੇ ਅਗਲੇ ਕਹਿੰਦੇ ਭਰਾਵਾ ਚੱਲਦੇ ਨੇ ਹੁਣ ਮੈਂ ਦੱਸਿਆ ਤਾਂ ਹੈ ਕਿ ਇੱਕ ਬੱਚਾ ਸਾਡੇ ਕੋਲ ਆਇਆ ਜਿਹਨੂੰ ਸਕੈਨ ਦੀ ਲੋੜ ਹੈ ਉਹਦੀ ਵੀਡੀਓ ਕਿਸੇ ਨੇ ਸ਼ੇਅਰ ਨਹੀਂ ਕੀਤੀ ਹੋਈ ਜਿੰਨੀ ਵੀਡੀਓ ਤਿੰਨ ਦਿਨਾਂ ਚ ਵਾਇਰਲ ਹੋ ਗਈ ਖੁੱਲੜ ਪੀਜ਼ੇ ਵਾਲਿਆਂ ਦੀ ਕਾਸ਼ ਸਾਡੀ ਐਨਜੀਓ 'ਚ ਜਿਹੜੇ ਮਰੀਜ਼ ਰੋਜ ਆਉਂਦੇ ਨੇ ਉਹਨਾਂ ਦੀ ਵੀ ਵਾਇਰਲ ਹੋ ਜਾਵੇ ਤੇ ਉਹਨਾਂ ਨੂੰ ਦੇਖ ਕੇ ਵੀ ਮਦਦ ਕਰਨ ਆਜਣ ਆ ਜਿੰਨੇ ਰੋਸਟਰ ਬਲੌਗਰ ਅੱਜ ਉਹਨਾਂ ਦੀ ਵੀਡੀਓ ਪਾ ਪਾ ਕੇ ਵਿਊਜ਼ ਲੈ ਰਹੇ ਨੇ ਕਦੀ ਏਕ ਜ਼ਰੀਆ ਫਾਊਂਡੇਸ਼ਨ 'ਚ ਵੀ ਚੱਕਰ ਲਾ ਕੇ ਇਹਨਾਂ ਦੇ ਵੀ ਦੇਖ ਜੋ ਹਾਲ ਆ ਵੀਡੀਓ 'ਚ ਦੇਖੋ ਕਿੰਨਾ ਮਰੀਜ਼ ਰੋਜ ਆਂਦਾ ਔਰ ਪਿਛਲੇ 8 ਸਾਲਾਂ ਤੋਂ ਅਸੀਂ ਰੋਜ ਵੀਡੀਓ ਪਾ ਰਹੇ ਹਾਂ ਪਿਛੇ ਮੇਰੇ ਤੇ ਵੀ ਮੁੱਦਾ ਉੱਠਿਆ ਸੀਗਾ ਕਿ ਜੀ ਕਮਾਈ ਖਾਂਦੇ ਆ ਉਹ ਖਾਂਦੇ ਆ ਉਸ ਤੋਂ ਬਾਅਦ ਤਾਂ ਕੋਈ ਸੂਰਮਾ ਨਹੀਂ ਆਇਆ ਕਿ ਪਾਈ ਅਸੀਂ ਵੀ ਐਨ ਜੀਓ ਚ ਲਾ ਕੇ ਹੁਣ ਸੋਸ਼ਲ ਮੀਡੀਆ ਦੀ ਕਮਾਈ ਖਾਵਾਂਗੇ ਕਿਉਂਕਿ ਪਤਾ ਨਾ ਔਖਾ ਕੰਮ ਹੈ ਮੇਰੇ ਵਾਂਗੂ ਗੱਡੀ 'ਚ ਬਹਿ ਕੇ ਵੀਡੀਓ ਬਣਾਣੀ ਬੜੀ ਸੌਖੀ ਹੈ ਗੱਡੀ 'ਚੋਂ ਬਾਹਰ ਨਿਕਲ ਕੇ ਕੰਮ ਕਰਨਾ ਮਰੀਜ਼ਾਂ ਨੂੰ ਮਿਲਣਾ ਸਾਰਾ ਮੈਨੇਜ ਕਰਨਾ ਬੜਾ ਔਖਾ ਹੈ ਔਰ ਜੇ ਐਨ ਜੀਓ ਦਾ ਕੰਮ ਕਰਕੇ ਕੋਈ ਪੈਸੇ ਕਮਾ ਰਿਹਾ ਤਾਂ ਮੈਂ ਇਨਵਾਈਟ ਕਰਦਾ ਤੁਹਾਨੂੰ ਸਾਰਿਆਂ ਨੂੰ ਪਲੀਜ਼ ਕਮਾਓ ਕਿ ਟੁਕੜ ਕਿਸੇ ਦਾ ਭਲਾ ਤਾਂ ਹੋ ਰਿਹਾ ਪਰ ਘਰੇ ਬਹਿ ਕੇ ਆਪਾਂ ਇੱਕ ਦੂਜੇ ਨੂੰ ਨਿੰ ਅਗਲਾ ਕੋਈ ਸੁਸਾਈਡ ਕਰ ਦੇਗਾ ਕੁਛ ਕਰ ਦੇਗਾ ਸਾਡੀ ਭੈਣ ਦੀ ਵੀਡੀਓ ਵਾਇਰਲ ਹੋ ਜਾਵੇ ਸੋਚੋ ਇੱਕ ਮਿੰਟ ਲਈ ਸਾਡੇ ਜੀਜੇ ਦੀ ਵੀਡੀਓ ਵਾਇਰਲ ਹੋ ਜਾਵੇ ਟਾਈਮ ਦਾ ਕੁਝ ਨਹੀਂ ਪਤਾ ਹੁੰਦਾ ਤੁਹਾਡੇ ਸਮਝ ਲਓ ਸਿਸਟਰ ਹਨੀਮੂਨ ਮਨਾਣ ਗਈ ਕਿਸੇ ਹੋਟਲ ਚ ਉੱਥੇ ਕੈਮਰਾ ਲੱਗਿਆ ਹੋ ਤੇ ਵੀਡੀਓ ਵਾਇਰਲ ਹੋ ਗਈ ਕੀ ਕਰ ਲੂਗੇ ਉੱਥੇ ਕਿਹੜਾ ਤੁਸੀਂ ਸਣੀ ਦਿਓ ਲੰਗੋ ਪੱਟ ਦੋਗੇ ਨਲਕਾ ਫੇ ਪਿੱਟੂਗੇ ਇਸ ਕਰਕੇ ਜੋ ਹੋ ਰਿਹਾ ਇਹ ਸਮਾਜ ਦੇ ਵਿੱਚ ਸਾਨੂੰ ਸਭ ਨੂੰ ਬਦਲਣਾ ਪੈਣਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਜਿਹੜੀ ਚੰਗੀ ਚੀ ਕੋਈ ਵਿਚਾਰਾ ਬਲੌਗਰ ਮਿਹਨਤ ਕਰ ਰਿਹਾ ਹੁਣ ਅੱਜਕੱਲ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕੁੜੀਆਂ ਨੂੰ ਕ੍ਰਿਟਿਕਾਈਜ਼ ਕਰਦੇ ਨੇ ਕਿ ਜੇ ਠੁਮਕੇ ਮਾਰ ਕੇ ਪੈਸੇ ਕਮਾਈ ਜਾਂਦੀਆਂ ਨੇ ਜਿਹੜੀਆਂ weight lifting ਕਰਦੀਆਂ ਉਹਨਾਂ ਨੂੰ ਤੁਸੀਂ ਸਪੋਰਟ ਕਰ ਲਓ ਫਿਰ ਉਹਨਾਂ ਨੂੰ ਕਿਉਂ ਨਹੀਂ view ਦਿੰਦੇ ਇੱਕ ਕੁੜੀ ਅਸ਼ਲੀਲਤਾ ਦਿਖਾਉਂਦੀ ਉਹਨੂੰ ਤੁਸੀਂ ਮਿਲੀਅਨ view ਦੇ ਦਿੰਨੇ ਹੋ ਪਰ ਇੱਕ ਕੁੜੀ ਮਿਹਨਤ ਕਰਕੇ ਆਪਣਾ body ਬਣਾ ਰਹੀ ਆ ਜਾਂ ਆਪਣੀ nutrition ਚ ਲਾਈਫ ਬਣਾ ਰਹੀ ਆ ਮਿਹਨਤ ਕਰ ਉਹਨੂੰ ਤੁਸੀਂ view ਨਹੀਂ ਦਿੰਦੇ ਇਹਦੇ ਚ ਫਿਰ ਮੋਰੈਲਿਟੀ ਡਿੱਗੂਗਾ ਲੋਕਾਂ ਦਾ ਇਸ ਕਰਕੇ ਸਮਾਜ ਚ ਜਿਹੜੀਆਂ ਚੀਜ਼ਾਂ ਤਾਂ ਲੱਗਦਾ ਕਿ ਨਹੀਂ ਉਹਨੂੰ ਨਾ ਦੇਖੋ ਉਹਨੂੰ ਬਾਈਕਾਟ ਕਰ ਦਿਓ ਨਹੀਂ ਦੇਖੋਗੇ ਉਹ ਆਪੇ ਹਟ ਜਾਣਗੇ ਹੁਣ ਤੁਸੀਂ ਅੱਖਾਂ ਪਾੜ-ਪਾੜ ਦੇਖ ਰਹੇ ਹੋ ਅਗਲੇ ਦਾ ਰੋਣਾ ਅਗਲੇ ਦੇ ਵਲੌਗ ਹੁਣ ਕੋਈ ਬੰਦਾ ਵਲੌਗ ਪੰਦਾ ਉਹਦਾ ਚੱਲ ਪੰਦਾ ਅਗਲਾ ਹੋਰ ਪੰਦਾ ਚੱਲ ਪੰਦਾ ਹੋਰ ਪੰਦਾ ਹੋਰ ਚੱਲ ਪੰਦਾ ਤੁਹਾਨੂੰ ਨਹੀਂ ਪਸੰਦ ਨਾ ਦੇਖੋ ਉਹ ਦੇਖੋ ਜੋ ਚੰਗਾ ਹੈ ਮੇਰੀ ਇਹੀ ਬੇਨਤੀ ਹੈ ਕਿ ਰਲ ਮਿਲ ਕੇ ਇਸ ਚੀਜ਼ ਨੂੰ ਰੋਕਿਆ ਜਾਵੇ ਇਹ ਨਾ ਹੋਵੇ ਕਿ ਵਿਚਾਰਾ ਬੱਚਾ ਉਹਨਾਂ ਦਾ ਦੁਨੀਆ ਚ ਆਇਆ 4 ਦਿਨ ਨਹੀਂ ਹੋਏ ਕੋਈ ਉਹ ਗਲਤ ਕਦਮ ਚੱਕ ਲੈਣ ਤੇ ਅਸੀਂ ਵੀ ਵਿੱਚ ਪਾਪਾਂ ਦੇ ਭਾਗੀ ਬਣ ਜਾਈਏ ਇਹ ਗੱਲ ਸੋਚ ਲਓ ਇਹ ਤੁਹਾਡੇ ਮਾਪੇ ਦੀ ਵੀ ਵੀਡੀਓ ਵਾਇਰਲ ਹੋ ਸਕਦੀ ਹੈ ਥੋੜੀ ਅਜੀਬ ਜੀ ਗੱਲ ਹੈ ਪਰ ਉਹਨਾਂ ਨੇ ਉਹੀ ਕੀਤਾ ਜੋ ਸਮਾਜ ਦੇ ਇੱਕ ਚਿਹਰਾ ਐ ਬਸ ਉਹ ਵੀਡੀਓ 'ਚ ਨਹੀਂ ਦਿਖਾਣਾ ਚਾਹੀਦਾ ਸੀ ਉਹ ਦਿਖ ਗਿਆ ਕਿ ਫੇਕ ਐ ਕਿ ਅਸਲੀ ਐ ਉਹ ਮੁੱਦਾ ਲੱਗ ਗਿਆ ਪਰ ਵਿਦਵਾਨ ਬਣ ਬਣ ਕੇ ਉਹਨਾਂ ਨੂੰ ਨਾ ਕ੍ਰਿਟਿਕਾਈਜ਼ ਕਰੋ ਨਾ ਰੋਸਟ ਕਰੋ ਤੁਹਾਡੀ ਵੀਡੀਓ ਚੱਲਣ ਦੇ ਚੱਕਰ 'ਚ ਤੁਸੀਂ ਕਮਾ ਲੂਗੇ ਵੀਡੀਓ ਤੋਂ ਲੱਖ ਰੁਪਇਆ 70000 ਰੁਪਇਆ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਬੁਰਾ ਹਾਲ ਹੋਇਆ ਫਿਰ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਮਾੜਾ ਨਾ ਕਰੋ ਮੇਰੀ ਬੇਨਤੀ ਐ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿ ਉਹ ਹਜੇ ਨੇ ਤਗੜੇ ਨਹੀਂ ਹੋਏ ਜਿਹੜਾ ਤੁਹਾਡਾ ਹੇਟ ਸੈਲਨ ਜਿਹੜੇ ਤਗੜੇ ਹੋ ਚੁੱਕੇ ਸੀ ਨਾ ਸਿੱਧੂ ਮੂਸੇ ਵਾਲੇ ਵਰਗੇ ਉਹਨਾਂ ਨੂੰ ਕੋਈ ਫਰਕ ਨਹੀਂ ਜਿਹੜੇ ਤਗੜੇ ਹੋ ਚੁੱਕੇ ਨੇ ਨਾ ਮੈਂਟਲ ਲੈਵਲ ਤੇ ਉਹਨਾਂ ਦੇ ਪਾਓ ਖਿਲਾਫ ਵੀਡੀਓਜ਼ ਉਹਨਾਂ ਨੂੰ ਫਰਕ ਨਹੀਂ ਪੈਂਦਾ। ਦੇਸ਼ 'ਚ ਕਿਹੜੇ ਮੁੱਦੇ ਚੱਲ ਰਹੇ ਨੇ ਕੀ ਹੋ ਰਿਹਾ ਹੈ ਤੇ ਤੁਸੀਂ ਕੀ ਕਰ ਰਹੇ ਹੋ ਯਾਰ? ਹੈਲਥ ਬਾਰੇ ਬੋਲੋ। ਪਰਸੋਂ ਇੱਕ ਸਿਵਲ ਹਸਪੀਟਲ 'ਚ লাশ ਪਈ ਰਹਿ ਗਈ 24 ਘੰਟੇ ਤੋਂ ਬਾਅਦ ਕੋਈ ਚੱਕਣ ਨਹੀਂ ਆਇਆ। ਇੱਕ ਬੱਚੇ ਨੂੰ ਇਲਾਜ ਨਾ ਹੋਣ ਕਰਕੇ ਹਸਪੀਟਲ 'ਚੋਂ ਕੱਢਤਾ। ਇਹਨਾਂ ਮੁੱਦਿਆਂ 'ਤੇ ਬੋਲੋ। ਪੰਜਾਬ ਬਚਾਉਣ ਦੇ ਮੁੱਦਿਆਂ 'ਤੇ ਬੋਲੋ। ਹੈਲਥ ਸਿਸਟਮ 'ਤੇ ਬੋਲੋ ਕਿ ਕੋਵਿਡ ਚਲਾ ਗਿਆ। ਅੱਜ ਜੇ ਕੋਵਿਡ ਦੁਆਰਾ ਆ ਜਾਵੇ ਕਿੱਥੇ ਖੜੀ ਇੰਡੀਆ ਕਿੱਥੇ ਕਿਹੜਾ ਪੰਜਾਬ ਪੰਜਾਬ ਚ ਕਿਹੜੇ ਨਵੇਂ ਹਸਪਤਾਲ ਖੁੱਲ ਚੁੱਕੇ ਨੇ ਕੋਵਿਡ ਦੀ ਤਿਆਰੀ ਲਈ ਇੱਕ ਵੀ ਨਹੀਂ ਖੁੱਲਿਆ 2 ਸਾਲ ਹੋ ਚੁੱਕੇ ਨੇ ਸਰਕਾਰ ਆਈ ਨੂੰ ਸਰਕਾਰਾਂ ਨਾਲ ਮੱਥੇ ਲਾਓ ਸਿਸਟਮ ਨਾਲ ਮੱਥੇ ਲਾਓ ਜੇ ਵਾਕਈ ਆਪਣੇ ਆਪ ਨੂੰ ਤੁਸੀਂ ਸਮਝਦੇ ਹੋਗੇ ਤੁਸੀਂ ਬੰਦੇ ਆ ਆ ਕੀ ਤੁਸੀਂ ਫੈਮਿਲੀ ਮੈਟਰਾਂ ਚ ਪਾ ਕੇ ਵਿਊ ਖੱਟ ਰਹੇ ਹੋ ਵਿਊ ਬਹੁਤ ਮਿਲਣਗੇ ਲੋਕਾਂ ਦੇ ਹੱਕ ਦੀ ਗੱਲ ਕਰੋ ਹਸਪਤਾਲਾਂ ਜਾ ਕੇ ਮਰੀਜ਼ਾਂ ਦਾ ਹਾਲ ਪੁੱਛੋ ਲੋਕਾਂ ਕੋਲ ਦਵਾਈ ਲੈਣ ਜੋਗੇ ਪੈਸੇ ਹੈ ਨਹੀਂ ਇੱਕ ਇੱਕ ਬੋਤਲ ਦਾ ਰੇਟ ਇੱਕ ਪਾਣੀ ਦੀ ਬੋਤਲ ਜਿਹੜੀ ਹਸਪਤਾਲਾਂ ਚ ਗਲੂਕੋਜ਼ ਦੇ ਨਾਮ ਤੇ ਲੱਗਦੀ ਹੈ ਉਹਦੇ ਐਮ ਆਰ ਪੀ ਪੜੋ ਕਿੰਨਾ ਤੇ ਉਹ ਬਣਦੀ ਕਿੰਨੇ ਦੀ ਆ ਪੜੋ ਤੇ ਜਾ ਕੇ ਸਿਸਟਮ ਦੇ ਖਿਲਾਫ ਲੜੋ ਦਵਾਈਆਂ ਦੀ ਐਮ ਆਰ ਪੀ ਪੜੋ ਕਿੰਨੀ ਅਸਲ ਕੀਮਤ ਕਿੰਨੀ ਹੈ ਜਨਰਿਕ ਦਵਾਈਆਂ ਦੇ ਉੱਤੇ 8 800 ਰੁਪਏ ਦਵਾਈ ਦਾ ਪੱਤਾ ਹੈ 800 ਰੁਪਏ ਲਿਖਿਆ ਹੁੰਦਾ ਦਵਾਈ ਦੀ ਕੀਮਤ 80 ਰੁਪਏ 100 ਰੁਪਏ ਤੇ ਬੋਲੋ ਤੁਸੀਂ ਬੋਲ ਰਹੇ ਹੋ ਕਿਸੇ ਦੇ ਪਰਿਵਾਰ ਤੇ ਕਿਸੇ ਦੇ ਕਿਤੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਮੁੱਦੇ ਨਹੀਂ ਆ ਸਾਡੇ ਸਾਨੂੰ ਪਟਕਾਇਆ ਜਾ ਰਿਹਾ ਪੰਜਾਬ ਦੀ ਯੂਥ ਨੂੰ ਬੇਨਤੀ ਹੈ ਅਕਲ ਨੂੰ ਹੱਥ ਮਾਰੋ ਜਿਹੜੇ ਮੁੱਦਿਆਂ ਤੇ ਖੜਨ ਆਲੇ ਹੋ ਮਰਦਾਂ ਵਾਲੇ ਜਿਹੜੇ ਤੁਹਾਡੇ ਹੈਗੇ ਨੇ ਮਸਲੇ ਸੋਸਾਇਟੀ ਵਾਲੇ ਸਮਾਜ ਵਾਲੇ ਉਹਨਾਂ ਤੇ ਖੜੋ ਨਾ ਕਿਉਂ ਨਹੀਂ ਖੜਦੇ ਇਸ ਮੁੱਦੇ ਨੂੰ ਬੰਦ ਕਰੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਕੱਲ ਨੂੰ ਇਹ ਸਾਡੇ ਕਿਸੇ ਧੀ ਪਿੰਡਾਂ ਵੀ ਹੋ ਸਕਦਾ ਤੁਸੀਂ ਦੁਨੀਆ 'ਚ ਮਰਦੋਂਗੇ ਤੁਹਾਡੀ ਪੀੜ੍ਹੀ 'ਚ ਆਣ ਵਾਲਾ ਕੋਈ ਬਲੌਗਰ ਬਣ ਗਿਆ ਉਹਦੇ ਨਾਲ ਇਹ ਹੋ ਗਿਆ ਫਿਰ ਕਿੱਥੇ ਮੱਥਾ ਮਾਰੂਗੇ ਉੱਪਰ ਬੈਠੇ ਹੱਸ ਰਹੇ ਹੋਗੇ ਕਿ ਸਾਡੇ ਪੋਤੇ ਪੜਪੋਤੇ ਨੇ ਕੀ ਕੰਮ ਕਰਤੇ ਇਹਨੂੰ ਰੋਕ ਦਿਓ ਜੋ ਹੋਣਾ ਸੀ ਹੋ ਗਿਆ ਜਿੰਨਾ ਤੱਕ ਵੀਡੀਓ ਜਾਣੀ ਸੀ ਚੱਲੀ ਗਈ ਔਰ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਖੁੱਲੜ ਪੀਜ਼ਾ ਵਾਲਿਆਂ ਨੂੰ ਕਿ ਤੁਸੀਂ ਵੀ ਥੋੜੇ ਤਗੜੇ ਹੋਵੋ ਇਹ ਲੋਕ 4 ਦਿਨ ਸਵਾਦ ਲੈਣਗੇ 5ਵੇਂ ਦਿਨ ਫਿਰ ਨਾਰਮਲ ਹੋ ਜਾਊਗਾ ਕੋਈ ਨਾ ਕੋਈ ਹੋਰ ਖਬਰ ਵਾਇਰਲ ਹੋ ਜਾਏਗੀ ਸੋਸ਼ਲ ਮੀਡੀਆ ਤੇ ਬੰਦ ਹੋ ਜਾਏਗੀ ਲੋਕਾਂ ਦਾ ਲੋਕਾਂ ਨੇ ਦੇਖਣਾ ਇਹ ਕਲੇਸ਼ ਹੈ ਲੋਕਾਂ ਨੇ ਦੇਖਣਾ ਇਹ ਸਵਾਦ ਹੈ ਮੈਂ ਦੱਸੀਦਾ ਜਾਂਦਾ ਇੱਕ ਮੁੰਡਾ ਇੰਸਟਾ YouTube ਤੇ ਵੀਡੀਓ ਬਣਾਉਂਦਾ ਗੰਦੀਆਂ ਵੀਡੀਓਜ਼ ਬਣਾਉਂਦਾ ਗਾਲ੍ਹਾਂ ਕੱਢਦਾ ਸ਼ਰੀਆਮ ਕਹਿੰਦਾ ਮੇਰੀ ਵੀਡੀਓ ਨਾ ਦੇਖੋ ਫਿਰ ਵੀ ਉਹਦੀ ਵੀਡੀਓ ਟ੍ਰੈਂਡਿੰਗ 'ਚ ਜਾਂਦੀ ਹੈ ਲੱਖ ਲੱਖ ਵਿਊ 5-5 ਲੱਖ ਵਿਊ ਨਾ ਦੇਖੋ ਵੱਡੇ ਵਿਦਵਾਨ ਲੋਕਾਂ ਨੂੰ ਪਸੰਦ ਹੈ ਗੰਦ ਦੇਖਣਾ ਤੇ ਫਿਰ ਤੁਸੀਂ ਗੰਦ ਨਹੀਂ ਬੰਦ ਕਰ ਸਕਦੇ ਕਿਸੇ ਨੂੰ ਬਣਾਉਣ ਲਈ ਤੁਸੀਂ ਕਿਸੇ ਨੂੰ ਕੁੱਟ ਕੇ ਥੋੜੀ ਬੰਦ ਕਰ ਲ ਆਪਣੇ ਵਿਚਾਰ ਰੱਖੋ ਆਪ ਚੰਗਾ ਦਿਖਾਓ ਅਸੀਂ ਇਕੱਲੇ ਬਹਿ ਕੇ ਲੋਕਾਂ ਨੂੰ ਮਾੜਾ ਨਹੀਂ ਬੋਲਦੇ ਕਿ ਆ ਗਲਤ ਆ ਗਲਤ ਆ ਅਸੀਂ ਖੁਦ ਅੱਛਾ ਕਰ ਰਹੇ ਆ ਔਰ ਲੋਕਾਂ ਨੂੰ ਐਗਜ਼ਾਮਪਲ ਦੇ ਰਹੇ ਆ ਕਿ ਉਹ ਗਲਤ ਆ ਆ ਸਹੀ ਆ ਸਮਝ ਮੇਰੀ ਗੱਲ ਨੂੰ ਬਾਕੀ ਮੇਰਾ ਵੀ ਜੇ ਵਿਰੋਧ ਕਿਸੇ ਨੇ ਕਰਨਾ ਹੋਇਆ ਤਾਂ ਭਾਈ ਜੀ ਸਦਕੇ ਉਹ ਗੁਰੂ ਸਾਹਿਬ ਸਭ ਦੇ ਹਾਜ਼ਰ ਨਾਜ਼ਰ ਨੇ ਉਹ ਪ੍ਰਮਾਤਮਾ ਸਾਹਿਬ ਦਾ ਹਾਜ਼ਰ ਨਾਜ਼ਰ ਮੈਂ ਤਾਂ ਬਸ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਜਿੰਨੇ ਵੀ ਬੰਦੇ ਮੇਰੀ ਇਹ ਵੀਡੀਓ ਦੇਖ ਰਹੇ ਨੇ ਇਸ ਚੀਜ਼ ਨੂੰ ਖਤਮ ਕਰ ਦਿਓ ਪੋਜ਼ਿਟਿਵਿਟੀ ਸਮਾਜ ਚ ਫਲਾਓ ਜਿਹੜੀਆਂ ਚੰਗੀਆਂ ਚੀਜ਼ਾਂ ਵਾਇਰਲ ਹੋਣੀਆਂ ਚਾਹੀਦੀਆਂ ਨੇ ਜਿਹੜੇ ਸਮਾਜ ਪ੍ਰਤੀ ਮੁੱਦੇ ਵਾਇਰਲ ਹੋਣੇ ਚਾਹੀਦੇ ਨੇ ਜਿਹੜੇ ਲੋਕ ਸਰਕਾਰਾਂ ਦਾ ਮੱਥੇ ਲਾ ਰਹੇ ਨੇ ਸਿਸਟਮ ਨਾਲ ਮੱਥੇ ਲਾ ਰਹੇ ਨੇ ਉਹਨਾਂ ਨੂੰ ਸਪੋਰਟ ਕਰੋ ਜਿਨ੍ਹਾਂ ਨੂੰ ਲੋੜ ਹੈ ਸਪੋਰਟ ਕਰਨ ਦੀ ਤੁਸੀਂ ਆ ਕੀ ਮੁੱਦਿਆਂ 'ਚ ਅੜੇ ਹੋਏ ਹੋ ਯਾਰ ਮੇਰੀ ਬੇਨਤੀ ਹੈ ਆ ਵੀਡੀਓ ਨੂੰ ਘਰ-ਘਰ ਪਹੁੰਚਾਓ ਇਹਨਾਂ ਨੂੰ ਹੌਸਲਾ ਦਿਓ ਕੋਈ ਚੱਕਰ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਅੱਗੋਂ ਦੀ ਧਿਆਨ ਰੱਖੋ ਸਿੱਖੋ ਇਹ ਚੀਜ਼ਾਂ ਤੋਂ ਬਾਕੀਆਂ ਨੂੰ ਬੇਨਤੀ ਹੈ ਕਿ ਇਹ ਬੜੀ ਵੱਡੀ ਐਗਜ਼ਾਮਪਲ ਹੋ ਗਈ ਸਿੱਖੋ ਕਿ ਕਿੱਥੇ ਕੈਮਰਾ ਚਲਾਣਾ ਕਿੱਥੇ ਨਹੀਂ ਚਲਾਣਾ ਔਰ ਉਹ ਵੀ ਗੱਲ ਛੱਡ ਦਿਓ ਮੈਂ ਗੱਲ ਨਾਲ ਗਲਤੀ ਨਾਲ ਹੀ ਕਿਸੇ ਦਾ ਕੰਮ ਹੋ ਜਵੇ ਯਾਰ ਕੋ ਕਮਰੇ ਚ ਵੈਸੇ ਹੀ ਕੈਮਰਾ ਲੱਗਾ ਹੋਵੇ ਫਿਰ ਕਿੱਥੇ ਖੜੇ ਆਪਾਂ ਉਮੀਦ ਆ ਤੁਸੀਂ ਇਹ ਗੱਲਾਂ ਤੇ ਗੌਰ ਕਰੋਗੇ ਤੇ ਆਪਣੇ ਵਿਚਾਰ ਵੀ ਕਮੈਂਟਾਂ ਚ ਰੱਖਿਓ ਮੈਂ ਪੜ੍ਹਾਂਗਾ ਜਰੂਰ ਧੰਨਵਾਦ